ਸੀਐਮ ਭਗਵੰਤ ਮਾਨ ਜੀ ਨੇ ਇੱਕ ਵਾਅਦਾ ਕੀਤਾ ਹੋਰ ਪੂਰਾ ਸਾਰੇ ਜਿਹੜੇ ਜਾਣਦੇ ਹੋ ਸੀਐਮ ਭਗਵੰਤ ਮਾਨ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਜਿਹੜੀ ਹੈ ਉਹ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਗਾਰੰਟੀ ਦੇ ਕੇ ਆਈ ਸੀ ਤੇ ਅਸੀਂ ਦਿਨ ਰਾਤੇ ਕਰਕੇ ਇਸ ਮਿਸ਼ਨ ਤੇ ਲੱਗੇ ਹੋਏ ਹਾਂ ਸਭ ਤੋਂ ਪਹਿਲਾਂ ਅਸੀਂ ਇਸ ਮਿਸ਼ਨ ਚ ਮੈਗਾ ਪੀਟੀਐਮਸ ਕੀਤੀਆਂ ਜਨ ਕਿ ਅਧਿਆਪਕ ਮਾਪੇ ਮਿਲਨੀ ਤਾਂ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵਿਚਾਰ ਆਪਸੀ ਤਾਲਮੇਲ ਬਣਾਇਆ ਰਹੇ ਦੂਰੀ ਘਟੇ ਬੱਚਾ ਸਕੂਲ ਦੇ ਵਿੱਚ ਕੀ ਪਰਫਾਰਮੈਂਸ ਦੇ ਰਿਹਾ ਹੈ ਇਹ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਸਕੂਲ ਤੋਂ ਬਾਅਦ ਬੱਚਾ ਕਿਹੜੇ-ਕਿਹੜੀਆਂ ਐਕਟੀਵਿਟੀਆਂ ਕਰਦਾ ਹੈ ਇਹਦੇ ਆਪਕਾਂ ਨੂੰ ਪਤਾ ਹੋਣਾ ਚਾਹੀਦਾ ਜਿਦੀ ਕਿ ਚਾਰੇ ਪਾਸੇ ਬਹੁਤ ਸਰਾਨਾ ਹੋਈ ਤਾਰੀਫ ਹੋਈ ਉਸ ਤੋਂ ਬਾਅਦ ਅਸੀਂ ਸਕੂਲ ਆਫ ਐਮੀਨੈਂਸ ਦਾ ਜਿਹੜਾ ਆਈਡੀਆ ਲੈ ਕੇ ਆਏ ਤਾਂ ਕਿ ਬੱਚੇ ਦੀ ਜਿਹੜੇ ਫੀਲਡ ਦੇ ਵਿੱਚ ਜਿਹੜੇ ਖੇਤਰ ਦੇ ਵਿੱਚ ਬੱਚੇ ਦੀ ਰੁਚੀ ਹੈ ਉਹਨੂੰ ਉਸੇ ਖੇਤਰ ਦੇ ਵਿੱਚ ਹੀ ਮੁਹਾਰਤ ਹਾਸਲ ਕਰਾਈਏ ਉਹਨੂੰ ਉਸੇ ਖੇਤਰ ਦੀ ਹੈ ਟ੍ਰੇਨਿੰਗ ਦਿੱਤੀ ਜਾਵੇ ਪਰ ਉਹ ਕਹਿੰਦੇ ਆ ਕਿ ਅਧਿਆਪਕ ਜਿਹੜਾ ਉਹ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਇਸੇ ਕਰਕੇ ਉਹਨਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਨੇਸ਼ਨ ਬਿਲਡਰ ਕਿਹਾ ਜਾਂਦਾ ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੀ ਟੀਮ ਜਦੋਂ ਪੰਜਾਬ ਦੇ ਵਿੱਚ ਚੋਣਾਂ ਵੇਲੇ ਪ੍ਰਚਾਰ ਕਰ ਰਹੀ ਸੀ ਤਾਂ ਅਸੀਂ ਲੋਕਾਂ ਨਾਲੇ ਵਾਦਾ ਕਰ ਰਹੇ ਸੀ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਅਧਿਆਪਕਾਂ ਨੂੰ ਪ੍ਰਿੰਸੀਪਲਸ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਵਧੀਆ ਟ੍ਰੇਨਿੰਗ ਜਿਹੜੀ ਐ ਦਵਾ ਕੇ ਉਹਨਾਂ ਨੂੰ ਇੱਥੇ ਜਿਹੜੀ ਐ ਚੰਗੇ ਤਰੀਕੇ ਨਾਲ ਪੜਾਉਣ ਦੇ ਜਿਹੜੇ ਮੁਹਾਰਤ ਹਾਸਲ ਕਰਵਾਵਾਂਗੇ ਤੇ ਇਸੇ سلسلے ਦੇ ਵਿੱਚ ਸਾਡਾ ਪਹਿਲਾ ਬੈਚ ਜਿਹੜਾ 36 ਪ੍ਰਿੰਸੀਪਲਸ ਦਾ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ ਹੈ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਜਿਹੜੇ ਨੇ ਉਹ 4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਤੇ ਜਾ ਰਹੇ ਨੇ ਤੇ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਉਹਨਾਂ ਦਾ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ਹੋਊਗਾ ਜਿੱਥੇ ਉਹਨਾਂ ਨੂੰ ਪੜਾਉਣ ਦੇ ਨਵੇਂ-ਨਵੇਂ ਤਰੀਕੇ ਲੇਟੈਸਟ ਤਰੀਕੇ ਜਿਹੜੇ ਨੇ ਆਧੁਨਿਕ ਤਕਨੀਕਾਂ ਨਾਲ ਕਿਵੇਂ ਪੜਾਇਆ ਜਾਂਦਾ ਹੈ ਉਹ ਜਿਹੜੇ ਉਹਨਾਂ ਨੂੰ ਸਿਖਾਏ ਜਾਣਗੇ ਤੇ 11 ਫਰਵਰੀ ਨੂੰ ਇਹ ਸਾਰੇ ਵਾਪਸ ਆ ਜਾਣਗੇ ਪੰਜਾਬ ਤੇ ਮੈਨੂੰ ਉਮੀਦ ਹੈ ਕਿ ਇਹਨਾਂ ਦੇ ਸਿੰਗਾਪੁਰ ਦੇ ਤਜਰਬੇ ਤੋਂ ਲੱਖਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹੈ ਉਹ ਸੁਨਹਿਰਾ ਬਣਾਉਣ ਦੇ ਵਿੱਚ ਸਾਨੂੰ ਮਦਦ ਮਿਲੂਗੀ ਜਦੋਂ ਸਿੰਗਾਪੁਰ ਤੋਂ ਆ ਕੇ ਇਹ ਟੀਚਰ ਆਪਣੇ ਕਲੀਗਜ਼ ਨਾਲ ਤੇ ਆਪਣੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ ਤਾਂ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸਿੱਖਿਆ ਦੇ ਮਾਮਲੇ 'ਚ ਕ੍ਰਾਂਤੀ ਲਿਆਉਣ ਦਾ ਸੁਪਨਾ ਸਜਾਇਆ ਹੋਇਆ ਹੈ ਉਹ ਵੀ ਸাকার ਹੋਊਗਾ ਤੇ ਪੰਜਾਬ ਵੀ ਵਿਦਿਆ ਦੇ ਖੇਤਰ 'ਚ ਆਪਣਾ ਅਲੱਗ ਤੇ ਅਵਲ ਸਥਾਨ ਜਿਹੜਾ ਹੈ ਉਹ ਹਾਸਲ ਕਰੂਗਾ